ਪੰਜਾਬੀ ਵੀਰੋ ਅਤੇ ਭੈਣੋ ਭਰਾਓ, ਅਮਰ ਸਿੰਘ ਚਮਕੀਲਾ ਜੀ ਹੋਰਾਂ ਦੀ ਜੀਵਨੀ ਦੇ ਉੱਤੇ ਚੌਥੀ ਲੜੀ ਲੈ ਕੇ ਤੁਹਾਡੇ ਰੂਬਰੂ ਮੈਂ ਬੈਠਾ ਹਾਂ। 1987 ਵਿੱਚ ਚੜ੍ਹਦੇ ਪੰਜਾਬ ਅੰਦਰ ਖਾੜਕੂ ਲਹਿਰ ਆਪਣੇ ਪੂਰੇ ਜ਼ੋਰਾਂ ਸ਼ੋਰਾਂ 'ਤੇ ਸੀ। ਆਗੂਆਂ ਨੇ ਸੋਚਿਆ ਕਿ ਹਥਿਆਰਬੰਦ ਸੰਘਰਸ਼ ਤਾਂ ਚੱਲ ਹੀ ਰਿਹਾ, ਅਤੇ ਫਿਰ ਕਿਉਂ ਨਾ ਸਮਾਜ ਦੇ ਸੁਧਾਰ ਵਾਸਤੇ ਵੀ ਕੋਈ ਕੰਮ ਕੀਤਾ ਜਾਏ। ਇਹ ਫਿਰ ਸੋਹਣੇ ਉਹ ਟੀਚੇ ਮਿੱਥੇ ਗਏ ਕੀ ਕੁਝ ਕਰਨਾ ਤੇ ਕਿੰਨਾ ਕਿੰਨਾ ਸ਼ਾਵਾਂ ਤੇ ਪਾਬੰਦੀਆਂ ਲਾਣੀਆਂ ਨੇ, ਜਿਨ੍ਹਾਂ ਤੋਂ ਪਹਿਲੇ ਨੰਬਰ ਤੇ ਜਿਹੜਾ ਧੀਆਂ ਨੂੰ ਦਾਜ ਦੇਣ ਦਾ। ਤੁਹਾਨੂੰ ਪਤਾ ਕਿ ਬੜੀਆਂ ਬੜੀਆਂ ਧੀਆਂ ਘਰ ਵਿੱਚ ਸਿਰ ਵਿੱਚ ਚਾਂਦੀ ਉੱਤਰ ਆਉਂਦੀਆਂ, ਵਡੇਰੀਆਂ ਹੋ ਜਾਂਦੀਆਂ ਨੇ, ਰਿਸ਼ਤੇ ਨਹੀਂ ਲੋਕੀ ਲੈਂਦੇ। ਕੀ ਇਹ ਕਿ ਉਹ ਦਾਜ ਦੂਜ ਜਿਹੜਾ ਉਹ ਦੇਣ ਜੋਗੇ ਮਾਪੇ ਜਿਹੜੇ ਹੁੰਦੇ ਨੇ ਮਾੜੇ, ਉਹ ਵਿਚਾਰੇ ਨਹੀਂ ਦੇ ਸਕਦੇ। ਹੁਣ ਕਿ ਪਹਿਲੇ ਨੰਬਰ ਤੇ ਜਿਹੜਾ ਦਾਜ ਦਹੇਜ ਦੀ ਲਾਹਨਤ ਹੈ ਨਾ, ਇਹਨੂੰ ਬੰਦ ਕੀਤਾ ਜਾਏ, ਤੇ ਦੂਜੇ ਨੰਬਰ ਤੇ ਵਿਆਹਾਂ ਸ਼ਾਦੀਆਂ ਵਿੱਚ ਸ਼ਰਾਬ ਤੇ ਮੀਟ ਦੀ ਵਰਤੋਂ ਇਹਨੂੰ ਬੰਦ ਕੀਤਾ ਜਾਏ, ਤੇ ਜਿਹੜੀ ਵੀ ਜੰਜ ਢੁੱਕੇ ਕਿਤੇ ਉਹਦੇ ਸਿਰਫ 11 ਬੰਦਿਆਂ ਜਿਹੜੇ ਨੇ ਉਹ ਰਲਤ ਕਰਨ, ਯਾਨੀ ਕਿ ਬਹੁਤੀਆਂ ਜੰਜਾਂ ਲੈ ਕੇ ਅਗਲਿਆਂ ਦੇ ਭਾਰ ਪਾਉਣਾ, ਇਹ ਵੀ ਕੰਮ ਨਹੀਂ ਚੰਗਾ, ਇਹਦੇ ਤੇ ਵੀ ਉਹਨਾਂ ਕਿਹਾ ਸੀ ਪਾਬੰਦੀ ਲਾਣੀ। ਫਿਰ ਉਹਨਾਂ ਨੇ ਇਹ ਵੀ ਜਿਹੜਾ ਨਾ ਐਲਾਨ ਕੀਤਾ ਕਿ ਨਾਈ ਜਿਹੜੇ ਨੇ ਨਾ ਉਹ ਆਪਣੀ ਦੁਕਾਨਾਂ ਦੇ ਉੱਤੇ, ਯਾਨੀ ਕਿ ਉਹ ਕਟਿੰਗ ਸ਼ੋਪ ਜਿਹੜੀ ਹੈ ਹਜਾਮ ਦੀ ਦੁਕਾਨ, ਉਹਦੇ ਉੱਤੇ ਕਦੀ ਵੀ ਕਿਸੇ ਵੀ ਸਿੱਖ ਮੁੰਡੇ ਦੇ ਉੱਤੇ ਸਿੱਖ ਵਾਲਾਂ ਦੇ ਵਾਲ ਨਹੀਂ ਕੱਟਣਗੇ। ਯਾਨੀ ਕਿ ਉਹਨਾਂ ਦਾ ਉਹ ਮਜ਼ਹਬੀ ਇੱਕ ਹੈ ਵੀ ਨਾ ਕਿ ਉਹਨਾਂ ਨੇ ਜੂੜਾ ਰੱਖਣਾ, ਵਾਲ ਨਹੀਂ ਕਟਾਉਣੇ। ਫਿਰ ਇੱਕ ਬਹੁਤ ਵੱਡੀ ਉਹਨਾਂ ਗੱਲ ਕੀਤੀ ਕਿ ਪੰਜਾਬ ਵਿੱਚ ਇਹ ਜਿਹੜੇ ਵਲਗਰ ਲੱਚਰ ਕਿਸਮ ਦੇ ਅਸ਼ਲੀਲ ਗਾਣੇ ਨੇ, ਇਹਨਾਂ ਦੇ ਉੱਤੇ ਮੁਕੰਮਲ ਤੌਰ 'ਤੇ ਪਾਬੰਦੀ ਲਾਉਣੀ ਅਸੀਂ। ਹੁਣ ਇਹ ਜਦੋਂ ਦੁਆਈਆਂ ਮੱਚ ਗਈਆਂ, ਖਾਸ ਕਰ ਜਿਹੜੇ ਗੁਲੂਕਾਰ ਸੀ ਉਸ ਵੇਲੇ ਦੇ, ਬੜੀਆਂ ਚੜ੍ਹਾਈਆਂ ਸੀ ਗੁਲੂਕਾਰਾਂ ਵਿੱਚ, ਉਹਨਾਂ ਨੂੰ ਜਿਹੜਾ ਨਾ ਆਪਣੀ ਆਪਣੀ ਫਿਕਰ ਲੱਗ ਗਈ। ਫਿਰ ਇਹਨਾਂ ਦੇ ਡਰ ਤੋਂ ਵਜ੍ਹਾ ਤੋਂ ਨਾ, ਖਾੜਕੂ ਸਿੰਘਾਂ ਦੇ ਡਰ ਦੀ ਵਜ੍ਹਾ ਤੋਂ ਕਿ ਇਹਨਾਂ ਨੇ ਅਸ਼ਲੀਲ ਗਾਣਿਆਂ 'ਤੇ ਪਾਬੰਦੀ ਲਾਈ ਤੀ, ਉਹ ਹੁਣ ਡਰਨ ਕਿ ਕੋਈ ਉਹੋ ਜਿਹਾ ਕੋਈ ਸਾਡੇ ਕੋਲ ਲਫ਼ਜ਼ ਕੋ ਬੋਲ ਨਾ ਬੋਲਿਆ ਜਾਏ ਖਾੜਿਆਂ ਦੇ ਵਿੱਚ, ਕਿ ਜਿੱਥੋਂ ਅਸੀਂ ਫੜੇ ਜਾਈਏ ਮਾਰੇ ਜਾਈਏ, ਕੋਈ ਵਾਧਾ ਘਾਟਾ ਹੋ ਜੇ। ਉਹਨਾਂ ਨੇ ਆਪਣੇ ਦਫ਼ਤਰ ਬੰਦ ਕਰ ਦਿੱਤੇ, ਖਾੜੇ ਬੁੱਕ ਹੋਣੋਂ ਹਟ ਗਏ, ਉਹ ਰੌਣਕਾਂ ਮੇਲੇ ਮੁੱਕ ਗਏ, ਇੱਥੋਂ ਤੱਕ ਕਿ ਕੁਝ ਕਲਾਕਾਰਾਂ ਨੇ ਪੰਜਾਬ ਨੂੰ ਵੀ ਛੱਡ ਦਿੱਤਾ, ਯਾਨੀ ਕਿ ਹੋਰ ਇਲਾਕਿਆਂ ਨੂੰ ਤੁਰ ਗਏ। ਤੇ ਸੋਹਣਿਓ, ਕਈ ਕਲਾਕਾਰ ਰੋਟੀ ਰੋਜ਼ੀ ਆਪਣੇ ਬੱਚਿਆਂ ਦਾ ਤੇ ਪੇਟ ਪਾਲਣਾ ਸੀ ਨਾ, ਤੇ ਕਈਆਂ ਨੇ ਫਿਰ ਇਹ ਧੰਦਾ ਹੀ ਛੱਡ ਦਿੱਤਾ ਕਿ ਹੋਰ ਕਾਰੋਬਾਰ ਉਹਨਾਂ ਉਹ ਕਰਨ ਲੱਗ ਪਏ। ਫਿਰ ਸੋਹਣਿਓ, ਉਸ ਵੇਲੇ ਦੇ ਬਹੁਤ ਵੱਡੇ ਕਲਾਕਾਰ ਸ਼੍ਰੀ ਗੁਰਦਾਸ ਮਾਨ ਜੀ ਹੋਰੀ ਜਿਹੜੇ ਨੇ ਉਹ ਪੰਜਾਬ ਨੂੰ ਛੱਡ ਕੇ ਤੇ ਬੰਬਈ ਜਾ ਵਸੇ। ਫਿਰ ਉਸ ਵੇਲੇ ਦੇ ਸੋਹਣਿਓ, ਖਾੜਿਆਂ ਦੇ ਬਾਦਸ਼ਾਹ ਮੁਹੰਮਦ ਸਦੀਕ ਸਾਹਿਬ ਜਿਹੜੇ ਨੇ ਉਹਨਾਂ ਨੇ ਗਾਉਣਾ ਵਜਾਉਣਾ ਛੱਡ ਕੇ ਆਟੇ ਵਾਲੀ ਚੱਕੀ ਲਾ ਲਿਆ, ਤੇ ਸੋਹਣਿਓ ਅਮਰ ਸਿੰਘ ਚਮਕੀਲਾ ਜਿਹੜਾ ਉਹ ਜੀ ਪੰਜਾਬ ਤੋਂ ਨਿਕਲ ਕੇ ਸੰਗੀਤਕਾਰ ਚਰਨਜੀਤ ਆਹੂਜਾ ਦੇ ਘਰ ਦਿੱਲੀ ਉੱਥੇ ਅਪੜ ਗਿਆ, ਡਰ ਦੇ ਮਾਰੇ ਉਹਦੇ ਘਰ ਜਾ ਕੇ ਰਹਿਣ ਲੱਗ ਪਿਆ। ਹੁਣ ਇਹ ਕਲਾਕਾਰ ਹੋਰ ਵਿਚਾਰੇ ਦੇ ਕੰਮ ਕੋਈ ਕਰ ਨਹੀਂ ਸੀ ਸਕਦੇ, ਇਸ ਤਰ੍ਹਾਂ ਇਹਨਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਠੰਡੇ ਪੈ ਗਏ, ਯਾਨੀ ਕਿ ਰੋਟੀ ਦੇ ਲਾਲੇ ਵਿਚਾਰਿਆਂ ਨੂੰ ਪੈ ਗਏ। ਹੁਣ ਦਿਹਾੜੀ ਧੱਪੇ ਤੇ ਲਾਉਣ ਤੋਂ ਰਹੇ ਉਹ ਤੇ ਨਾ ਹੋਣਾ ਨਹੀਂ ਸੀ। ਫਿਰ ਕੋਈ ਸਮਾਂ ਲੰਘਿਆ, ਜਦੋਂ ਕੋਈ ਠੰਡ ਠੰਡੂਰਾ ਪਿਆ ਨਾ, ਤੇ ਚਮਕੀਲਾ ਜਿਹੜਾ ਉਹ ਦਿੱਲੀਓਂ ਲੁਧਿਆਣੇ ਆ ਗਿਆ, ਤੇ ਫਿਰ ਹੌਲੀ ਹੌਲੀ ਨਾ ਡਰ ਦੇ ਮਾਰੇ ਮੱਠੇ ਮੱਠੇ ਜਿਹੜੇ ਨਾ ਉਹ ਖਾੜੇ ਛਾੜੇ ਲਾਉਣ ਲੱਗ ਪਿਆ। ਪਰ ਖਾੜੇ ਤੇ ਚੜ੍ਹਦੇ ਹੀ ਉੱਥੇ ਸਟੇਜ ਤੇ ਆਵਾਮ ਜਿਹੜੀ ਅੱਗੇ, ਹਾਂਜੀ, ਸੁਣਨ ਵਾਲੇ ਜਿਹੜੇ ਨੇ ਉਹ ਫਰਮਾਇਸ਼ ਕਰਦੇ ਸੀ ਉਹ ਹੀ ਤੱਤੇ ਗਾਉਣਿਆਂ ਦੀ। ਉਹਨਾਂ ਵਿੱਚੋਂ ਸੋਹਣਿਓ ਬਹੁਤੇ ਦਰਸ਼ਕਾਂ ਨੇ ਨਾ ਦਾਰੂ ਸ਼ਾਰੂ ਤੇ ਘੁੱਟ ਛੁੱਟ ਲਾਏ ਹੁੰਦੇ ਸੀ, ਬਸ ਫਿਰ ਵਹਿਲ ਵਿੱਚ ਆ ਕੇ ਜਿਹੜੇ ਪੈਸੇ ਹੁੰਦੇ ਸੀ ਖੀਸਿਓਂ ਕੱਢ ਕੇ ਉੱਥੇ ਵਗਾ ਛੱਡਣੇ, ਮੁੜ ਕੇ ਘਰ ਜਾਣ ਜੋਗਾ ਕਿਰਾਇਆ ਨਾ ਹੋਣਾ।
ਤੇ ਅਸ਼ਲੀਲਤਾ ਭਰੇ ਗਾਣੇ ਉਸ ਵੇਲੇ ਟ੍ਰੈਂਡ ਬਣ ਚੁੱਕਿਆ ਸੀ। ਕੁਝ ਵਣਗੀ ਦੇ ਤੌਰ ਤੇ ਤੁਹਾਨੂੰ ਕੁਝ ਅਸੀਂ ਜਿਹੜਾ ਕੀ ਆਉਂਦੇ ਨੇ ਕਿ ਉਹ ਦੇਗ ਵਿੱਚੋਂ ਚੌਲ ਚਖਾਣਾ, ਉਹ ਤੁਹਾਨੂੰ ਦੋ ਚਾਰ ਚੌਲ ਚਖਾਨੇ ਆ ਸੀ। ਕੀ ਹੋ ਗਿਆ ਵੇ ਜੱਟਾ, ਕੀ ਹੋ ਗਿਆ, ਲੱਭਦਾ ਫਿਰੇ ਤੇਰਾ ਕੀ ਖੋ ਗਿਆ, ਤੇਰੀ ਮਾਂ ਦੀ ਤਲਾਸ਼ੀ ਲੈਣੀ, ਬਾਪੂ ਸਾਡਾ ਗੁੰਮ ਹੋ ਗਿਆ। ਫਿਰ ਜੀ, ਸੱਤ ਦਿਨ ਸਹੁਰਿਆਂ ਦੇ ਘਰ ਰਹਿ ਕੇ ਆਈ, ਫੁੱਲ ਝੜੀਏ ਨਹੀਂ ਹੋਣ ਫਿਰੇ ਕਮਲਾਈ, ਡੰਗ ਤਾਂ ਤੈਨੂੰ ਤੇਰੀ ਕਾਲੀ ਗੁੱਤ ਨੇ, ਆਟੇ ਵਾਂਗੂ ਗੁਣਤਾ ਬਗਾਨੇ ਪੁੱਤ ਨੇ। ਫਿਰ ਜੀ, ਖੇਲਾਂ ਨਾ ਜਵਾਨੀ ਦੀਆਂ ਖੇਲ ਬਾਬਿਆ, ਹੁਣ ਮੁੱਕ ਗਿਆ ਤਿਲਾਂ ਵਿੱਚੋਂ ਤੇਲ ਬਾਬਿਆ, ਛੱਤੀਆਂ ਪਿੰਡਾਂ ਵਿੱਚ ਮੇਰੀ ਹੁਣ ਠਾਠ ਨਹੀਂ, ਬੁੱਢਰਾ ਨਾ ਜਾਣ ਪੱਟ ਦਊਂਗਾ ਚਗਾਠ ਨਹੀਂ। ਇਸ ਤਰ੍ਹਾਂ ਦੇ ਫਿਰ ਅਸ਼ਲੀਲ ਗੀਤ ਜਦੋਂ ਇਹ ਬੰਦਾ ਗਾਉਂਦਾ ਸੀ ਤੇ ਇਹਦੇ ਯਾਨੀ ਅਸ਼ਲੀਲ ਗਾਣੇ ਬੰਦ ਨਾ ਕਰਨ ਦੇ ਪਾਰੋਂ ਇਹਨੂੰ ਜਾਣ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲਣ ਲੱਗ ਪਈਆਂ। ਉਹ ਧਮਕੀ ਵਾਲੀਆਂ ਚਿੱਠੀਆਂ ਆਉਂਦੀਆਂ ਰਹੀਆਂ ਪਰ ਇਹਨੇ ਪਰਵਾਹ ਨਾ ਕੀਤੀ, ਇਹ ਅਖਾੜੇ ਲਾਉਂਦਾ ਰਿਹਾ ਪੈਸਾ ਪੂਸਾ ਤੁਹਾਨੂੰ ਪਤਾ ਕਿ ਇਹਦੇ ਵਿੱਚ ਬੜਾ ਸੀ ਉਸ ਵੇਲੇ। ਜਿਸ ਘੜੀ ਘਰ ਵਿੱਚ ਚਿੱਠੀਆਂ ਦੀ ਗਿਣਤਰੀ ਵਧੀ ਨਾ, ਉਹ ਗਿਣਤਰੀ ਬਹੁਤੀ ਵੇਖ ਕੇ ਤੇ ਬਸ ਥੋੜ੍ਹਾ ਜਿੰਨਾ ਇਹ ਵੀ ਜਿਹੜਾ ਡੋਲ ਗਿਆ। ਇਹਨੇ ਫਿਰ ਕੀ ਕੀਤਾ ਕਿ ਜ਼ਰਾ ਕੰਮ ਮੱਠਾ ਪਈਏ, ਕੰਮ ਤੇਜ਼ੀ ਨਾ ਹੋ ਜਾਏ। ਹਰਮਿੰਦਰ ਸਾਹਿਬ ਜਾ ਕੇ ਨਾ ਇਹਨੇ ਸਿੰਘਾਂ ਦੇ ਆਗੂਆਂ ਤੋਂ ਜਾ ਕੇ ਮਾਫ਼ੀ ਮੰਗ ਲਈ ਤੇ ਅੱਗੋਂ ਤੋਂ ਧਾਰਮਿਕ ਗੀਤ ਗਾਉਣ ਦਾ ਵੀ ਵਾਅਦਾ ਕਰ ਲਿਆ ਤੇ ਜਾਂਦੀ ਵਾਰੀ 500 ਰੁਪਈਆ ਲੰਗਰ ਵਿੱਚ ਵੀ ਦੇ ਦਿੱਤਾ। ਉਸ ਵੇਲੇ 500 ਰੁਪਈਆ ਬੜੀ ਰਕਮ ਸੀ। ਹੁਣ ਉਹ ਪਰਚੀ ਕੱਟਣ ਵਾਲਾ ਜਿਹੜਾ ਨਾ ਉਹਦੇ ਵੱਲ ਵੇਖ ਕੇ ਤੇ ਸੋਚੀ ਪੈ ਗਿਆ ਵੀ ਇਹ ਕਿਹੜਾ ਹਾਤਮਤਾਈ ਦਾ ਪੁੱਤਰ ਆ ਗਿਆ ਬਈ, ਜਿਹੜਾ ਘਰ ਨੂੰ ਤਰੰਗਲੀਆਂ ਡਾਈ ਖੜਾ। ਕਿਉਂਕਿ ਉਸ ਵੇਲੇ 500 ਰੁਪਈਆ ਮੈਂ ਪਹਿਲੇ ਆਖਿਆ ਬੜੀ ਮੋਟੀ ਰਕਮ ਹੁੰਦੀ ਸੀ ਕਿ ਉਸ ਵੇਲੇ ਕਿਹਾ ਜਾਂਦਾ ਕਿ ਉਦੋਂ 500 ਦਾ ਤਾਂ ਕਿੱਲਾ ਜ਼ਮੀਨ ਆ ਜਾਂਦੀ ਹੁੰਦੀ ਸੀ। ਇਹਨੇ ਫਿਰ ਜੀ ਅੱਗੇ ਜਿਹੜਾ ਨਾ ਧਾਰਮਿਕ ਇੱਕ ਗਾਉਣ ਗਾਇਆ ਕਿ ਜਿਹਨੇ ਦੁਨੀਆਂ ਦਾ ਇੱਕ ਰਿਕਾਰਡ ਨਵਾਂ ਬੰਨ ਦਿੱਤਾ। ਉਹ ਕਿਹੜਾ ਗਾਉਣ ਸੀ ਸੁਣੋ ਜ਼ਰਾ। ਜਬਰ ਜ਼ੁਲਮ ਦੀ ਜ਼ਾਲਮਾ ਹੱਦ ਮੁਕਾਈ, ਹੋਏ ਪਿਆਸੇ ਖੂਨ ਦੇ ਬਈ ਭਾਈ ਭਾਈ, ਕੀਤੀ ਇਲਤ ਫਰੰਗੀਆਂ ਕੀ ਵਰਤਿਆ ਪਾਣਾ, ਸਾਥੋਂ ਬਾਬਾ ਖੋ ਲਿਆ ਤੇਰਾ ਨਨਕਾਣਾ। ਇਸ ਗੀਤ ਦੀਆਂ ਐਸੀਆਂ ਦੁਹਾਈਆਂ ਪਈਆਂ ਕਿ ਗੁਰੂ ਘਰਾਂ ਦੇ ਸਪੀਕਰਾਂ ਵਿੱਚ ਵੀ ਇਹ ਗਾਉਣ ਦਿਨੇ ਰਾਤੀ ਵੱਜਣ ਲੱਗ ਪਿਆ। ਤੇ ਫਿਰ ਸੁਣੋ ਰਿਕਾਰਡ ਸੁਣੋ ਤੁਸੀਂ ਕਿ ਉਂਝ ਤੇ ਕੇਸਟਾਂ ਵਿਕੀਆਂ ਵਿਕੀਆਂ ਨਾ, ਲੇਕਿਨ ਰਿਕਾਰਡ ਵਿੱਚ ਤਰੀਕ ਕਹਿੰਦੀ ਹੈ ਵੀ ਕਿ 10 ਲੱਖ ਕੇਸਟਾਂ ਇਸ ਗਾਉਣ ਦੀਆਂ ਬਲੈਕ ਵਿੱਚ ਵਿਕੀਆਂ, ਬਲੈਕ ਵਿੱਚ। ਇਹਨਾਂ ਉਸ ਵੇਲੇ ਦਾ ਜਿਹੜਾ ਪਾਪੂਲਰ ਹੋਇਆ ਗੀਤ, ਇਹਦੀ ਚੜ੍ਹਾਈ ਵੇਖ ਕੇ ਨਾ, ਮਸ਼ਹੂਰੀ ਵੇਖ ਕੇ ਤੇ ਕੈਨੇਡਾ ਦੇ ਪ੍ਰਮੋਟਰਾਂ ਨੇ ਇਹਨੂੰ ਉੱਥੇ ਸੱਦ ਲਿਆ ਤੇ ਸੋਹਣੀਓ ਟੋਰਾਂਟੋ ਦੇ ਉਸ ਹਾਲ ਵਿੱਚ ਇਸ ਬੰਦੇ ਦਾ ਸ਼ੋਅ ਰੱਖਿਆ ਗਿਆ ਕਿ ਜਿੱਥੇ ਕਦੀ ਬਾਲੀਵੁੱਡ ਦੇ ਬਹੁਤ ਵੱਡੇ ਐਂਗਰੀ ਯੰਗ ਮੈਨ ਅਮਿਤਾਬ ਬੱਚਨ ਦਾ ਸ਼ੋਅ ਹੋਇਆ ਸੀ। ਬੱਚਨ ਹੋਰਾਂ ਦਾ ਸ਼ੋਅ ਜਿਹੜਾ ਨਾ ਉਹ ਹਾਊਸਫੁੱਲ ਗਿਆ ਸੀ, ਰਿਕਾਰਡ ਸੀ ਉਹਦਾ ਵੀ। ਪਰ ਜਦੋਂ ਚਮਕੀਲੇ ਨੇ ਉੱਥੇ ਜਾ ਕੇ ਸ਼ੋਅ ਲਾਇਆ ਨਾ ਤੇ ਫੁੱਲ ਤੇ ਹੈ ਹੀ ਸੀ ਉਹ ਹਾਊਸ, ਪਰ ਉਹਦੇ ਨਾਲ ਨਾਲ 1000 ਸੀਟਾਂ ਜਿਹੜੀਆਂ ਨੇ ਨਾ ਐਕਸਟਰਾ ਲਾਉਣੀਆਂ ਪੈ ਗਈਆਂ ਸਨ। ਇਹਦੀ ਮਕਬੂਲੀਅਤ ਦਾ ਆਲਮ ਤੁਸੀਂ ਵੇਖੋ। ਤੇ ਸ਼ੋਅ ਵਿੱਚ ਦਰਸ਼ਕਾਂ ਵੱਲੋਂ ਚੁੰਦੇ ਚੁੰਦੇ ਗੀਤਾਂ ਦੀਆਂ ਬੜੀਆਂ ਫਰਮਾਇਸ਼ਾਂ ਹੋਈਆਂ। ਇਹਨੇ ਵੀ ਸੁਣਾਏ, ਫਿਰ ਇਹਨੇ ਪਰਵਾਹ ਨਾ ਕੀਤੀ ਕਿ ਖਾੜਕੂ ਸਿੰਘਾਂ ਨਾਲ ਤਾਂ ਮੇਰੀ ਗੱਲ ਹੋ ਹੀ ਗਈ ਹੈ ਤੇ ਖੈਰ ਹੈ, ਹੁਣ ਲਿਹਾਜ਼ਾ ਸੁਣਾਉਂਦਾ ਰਿਹਾ ਤੇ ਦਰਸ਼ਕਾਂ ਦਾ ਮਨ ਪਰਚਾਉਂਦਾ ਰਿਹਾ। ਉਸ ਸ਼ੋਅ ਦੇ ਵਿੱਚ ਬਾਲੀਵੁੱਡ ਦੀ ਬਹੁਤ ਵੱਡੀ ਅਦਾਕਾਰਾ ਸ੍ਰੀ ਦੇਵੀ ਨੇ ਵੀ ਸ਼ਿਰਕਤ ਕੀਤੀ। ਜਦੋਂ ਉੱਥੇ ਸਾਰੀ ਇਹਦੀ ਬੱਲੇ ਬੱਲੇ ਵੇਖੀ, ਚੜ੍ਹਾਈ ਵੇਖੀ ਨਾ, ਤੇ ਉਹਨੇ ਇਹਨੂੰ ਆਪਣੀ ਫਿਲਮ ਵਿੱਚ ਹੀਰੋ ਲੈਣ ਦੀ ਯਾਨੀ ਆਫਰ ਕਰ ਦਿੱਤੀ। ਹੁਣ ਅਮਰ ਸਿੰਘ ਚਮਕੀਲੇ ਨੇ ਸੋਚਿਆ ਕਿ ਮੈਂ ਤੇ ਖਾੜਿਆਂ ਤੋਂ ਇੰਨਾ ਰੁਪਈਆ ਕਮਾ ਲੈਂਦਾ, ਇੰਨੀ ਮਸ਼ਹੂਰੀ ਬੱਲੇ ਬੱਲੇ ਮੇਰੀ,
ਤੇ ਮੈਂ ਫਿਲਮਾਂ 'ਚ ਜਾ ਕੇ ਕੀ ਕਰਨਾ ਬਈ, ਐਵੇਂ ਵੱਜ ਜਾਵਾਂਗਾ ਤਾਂ ਬਾਉਂਡ ਹੋ ਜਾਵਾਂਗਾ। ਲਿਹਾਜ਼ਾ ਉਹਨੇ ਸ੍ਰੀਦੇਵੀ ਨੂੰ ਇਨਕਾਰ ਕਰ ਦਿੱਤਾ। ਤੇ ਜੇ ਸੋਹਣੇ ਉਹ ਅਸੀਂ ਗੀਤਾਂ ਦੇ ਪਿਛੋਕੜ ਤੇ ਪੰਛੀ ਝਾਤ ਮਾਰੀਏ ਤੇ ਇਹ ਗੱਲ ਨਿੱਤਰ ਕੇ ਸਾਡੇ ਸਾਹਮਣੇ ਆਉਂਦੀ ਹੈ ਕਿ ਦੁਨੀਆ ਅੰਦਰ ਗੀਤਾਂ ਦਾ ਜਨਮ ਜਿਹੜਾ ਨਾ ਉਹ ਪੰਜਾਬ ਦੀ ਧਰਤੀ ਤੋਂ ਹੋਇਆ ਸੀ। ਤੇ ਜੇ ਸੋਹਣਿਓ ਕਿਸੇ ਨੂੰ ਇਸ ਗੱਲ ਤੇ ਸ਼ੱਕ ਹੋਏ ਕਿ ਆਪਣੇ ਕੋਲੋਂ ਤੁਸੀਂ ਜੜ ਸਾਹਿਬ ਛੱਡ ਰਹੇ ਹੋ ਤੇ ਫਿਰ ਬੇਲੀਓ ਹਿੰਦੂਆਂ ਦੀ ਕਿਤਾਬ ਧਾਰਮਿਕ ਕਿਤਾਬ ਸਾਮ ਵੈਦ ਦੇ ਪੰਨੇ ਫਰੋਲ ਕੇ ਵੇਖ ਲਈਓ, ਤੁਹਾਨੂੰ ਆਪੇ ਪਤਾ ਲੱਗ ਜੂ। ਇਸ ਤਰ੍ਹਾਂ ਜੇ ਇਸ ਗੱਲ ਨੂੰ ਅਸੀਂ ਮੰਨ ਲਈਏ ਤੇ ਗਾਇ ਪੱਕ ਹੋ ਜਾਂਦਾ ਕਿ ਗਾਉਣਾ ਦੀ ਧਰਤੀ ਜਿਹੜੀ ਹੈ ਨਾ ਉਹ ਪੰਜਾਬ ਦੀ ਲੁਧਿਆਣਾ ਹੀ ਹੈ। ਸੋਹਣੀ ਉਹ ਪੰਜਾਬੀ ਭਾਸ਼ਾ ਵਿੱਚ ਜੀਵਨ ਦੇ ਹਰ ਅੰਗ ਪੱਖੋਂ ਗੀਤ ਮਿਲਦੇ ਨੇ। ਜੰਮ ਦੇ ਬਾਲ ਨੂੰ ਲੋਰੀਆਂ ਤੋਂ ਲੱਗ ਕੇ ਮਰਨ ਵੇਲੇ ਕੀਰ ਨੇ ਪਾਉਣ ਤੀਕਰ ਸਭ ਗਾ ਕੇ ਤੇ ਸਾਨੂੰ ਵੇਖਣ ਨੂੰ ਮਿਲਦੇ ਨੇ, ਹੈ ਕਿ ਨਹੀਂ? ਤੇ ਦੁਲਹਨ ਦੀ ਰੁਖਸਤੀ ਵੇਲੇ ਗਾਏ ਜਾਣ ਵਾਲੇ ਗੀਤਾਂ ਨੂੰ ਸੁਣ ਕੇ ਤੇ ਅਸਮਾਨ ਵੀ ਕੰਬ ਜਾਂਦਾ। ਜਿਸ ਤਰ੍ਹਾਂ ਛੱਲੀਆਂ ਮਾਵਾਂ ਧੀਆਂ ਮਿਲਣ ਲੱਗਿਆਂ ਚਾਰੇ ਕੰਧਾਂ ਨੇ ਚਬਾਰੇ ਦੀਆਂ ਹੱਲੀਆਂ, ਫਿਰ ਡੋਈ ਬਾਬਲ ਤੇਰੇ ਮਹਿਲਾਂ ਵਿੱਚੋਂ ਤੇਰੀ ਲਾਡੋ ਪਰਦੇਸਨ ਹੋਈ। ਲੜਦਿਆਂ ਦੀਆਂ ਗਾਲਾਂ ਤੇ ਗਾਉਂਦਿਆਂ ਦੀਆਂ ਸਿੱਠਣੀਆਂ ਇੱਕ ਬਰਾਬਰ ਹੁੰਦੀਆਂ ਨੇ। ਸਾਂਝੇ ਪੰਜਾਬ ਅੰਦਰ ਸੋਹਣਿਓ ਜੰਝਾਂ ਨੂੰ ਰਾਤ ਰੱਖਣ ਦਾ ਬੜਾ ਰਿਵਾਜ ਪਾਇਆ ਜਾਂਦਾ ਸੀ ਪਿਛਲੇ ਵੇਲਿਆਂ 'ਚ। ਤੇ ਤੀਵੀਆਂ ਯਾਨੀ ਜਨਾਨੀਆਂ ਜਿਹੜੀਆਂ ਨੇ ਉਹਨਾਂ ਨੂੰ ਬਰਾਤਾਂ ਨਾਲ ਕੋਈ ਨਹੀਂ ਸੀ ਖੜਦਾ ਹੁੰਦਾ, ਉਹਨਾਂ ਪਿੱਛੇ ਘਰ ਵਿੱਚ ਰਲ ਕੇ ਨਾ ਤੇ ਜਾਗੋ ਕੱਢਣੀ। ਨੈਣ ਨੇ ਪਿੱਤਲ ਦੀ ਘਾਗਰ ਸਿਰ ਤੇ ਚੁੱਕੀ ਹੋਣੀ ਤੇ ਲੰਬੜਦਾਰ ਦੇ ਘਰ ਜਾਣਾ ਤੇ ਰਾਹ ਗਲੀ ਵਿੱਚ ਕੋਈ ਵੀ ਸੁੱਤਾ ਹੋਣਾ ਨਾ, ਬਾਬੇ ਹੀ ਸੌਂਦੇ ਹੁੰਦੇ ਸਨ ਗਲੀਆਂ 'ਚ ਰਾਤ ਨੂੰ, ਹੈਂ, ਤੇ ਉਹ ਕੁੜੀਆਂ ਨੇ ਉਹਦਾ ਮੰਜਾ ਮੁੱਦਾ ਕਰ ਦੇਣਾ। ਬਾਬਿਆਂ ਵਿਚਾਰਿਆਂ ਨੇ ਕੱਚੀ ਨੀਂਦਰੇ ਉੱਠ ਪੈਣਾ ਤੇ ਉਹਨਾਂ ਗਾਲਾਂ ਕੱਢਣੀਆਂ, ਪਰ ਉਦੋਂ ਗੁੱਸਾ ਨਹੀਂ ਸੀ ਕਿਸੇ ਦੀ ਗੱਲ ਦਾ ਕੀਤਾ ਜਾਂਦਾ। ਫਿਰ ਇਹਨਾਂ ਕੁੜੀਆਂ ਨੇ ਲੰਬੜਾਂ ਦੇ ਘਰ ਜਾ ਕੇ ਘਾਗਰ ਜਿਹੜੀ ਹੈ ਸਿਰ ਤੋਂ ਲਾਹ ਕੇ ਤੇ ਰੱਖ ਦੇਣੀ, ਫਿਰ ਬੋਲੀਆਂ ਪਾਣੀਆਂ, ਫਿਰ ਇਹਨਾਂ ਕੁੜੀਆਂ ਨੇ ਨੱਚ ਨੱਚ ਕੇ ਨਾ ਗਿੱਠ ਗਿੱਠ ਧਰਤੀ ਨੀਵੀਂ ਕਰ ਦੇਣੀ, ਫਿਰ ਲੰਬੜਦਾਰਨੀ ਨੇ ਨੈਣ ਨੂੰ ਲਾਗ ਦੇਣਾ ਤੇ ਨੱਚਣ ਵਾਲੀਆਂ ਦੇ ਮੂੰਹ ਮਿੱਠੇ ਕਰਵਾਉਣੇ। ਵਣਗੀ ਦੇ ਤੌਰ ਤੇ ਕੋਈ ਬੋਲੀਆਂ ਤੁਹਾਨੂੰ ਦੱਸਣੇ ਆ। ਕਦੀ ਜੋੜ ਮੰਜੀਆਂ ਨਾ ਡਾਈਆਂ ਜਦੋਂ ਦਾ ਜਗੀਰਾ ਜੰਮਿਆ, ਫਿਰ ਲੱਡੂ ਖਾ ਕੇ ਚਬਾਰੇ ਵਿੱਚੋਂ ਨਿਕਲੀ, ਮੱਖੀਆਂ ਨੇ ਪੈੜ ਨੱਪ ਲਈ, ਫਿਰ ਕਿਹੜੇ ਯਾਰ ਦਾ ਤੂੰ ਤੱਤਾ ਦੁੱਧ ਪੀਤਾ, ਸੜ ਗਈਆਂ ਲਾਲ ਬੁਲੀਆਂ, ਫਿਰ ਬੂਹਾ ਢੋ ਮਿੱਤਰਾ ਤੇਰੇ ਨਿੱਤ ਦੇ ਅਲਾਮੇ ਲਾਵਾਂ, ਫਿਰ ਕਿਹੜੇ ਯਾਰ ਨੂੰ ਬੁੱਕਲ ਵਿੱਚ ਵਾੜਿਆ ਗੁਆਂਢੀਆਂ ਦੀ ਕੁੱਤੀ ਭੌਂਕਦੀ। ਇਹ ਸਾਰੀਆਂ ਬੋਲੀਆਂ ਅਸਲ ਵਿੱਚ ਨਾ ਹਾਸਾ ਮਜ਼ਾਕ ਹੀ ਹੁੰਦਾ ਸੀ, ਕਿਸੇ ਨੂੰ ਕੱਖ ਪਤਾ ਨਹੀਂ ਸੀ ਹੁੰਦਾ ਕਿ ਅਸ਼ਲੀਲਤਾ ਜਿਹੜੀ ਇਹ ਕੇਸ ਬਲਾ ਦਾ ਨਾਂ ਹੈ। ਸੋਹਣਿਓ ਸੰਨ 1900 ਵਿੱਚ ਲਾਊਡ ਸਪੀਕਰ ਆਇਆ, ਰਿਕਾਰਡ ਨੂੰ ਤਵਾ ਤੇ ਗ੍ਰਾਮੋਫੋਨ ਨੂੰ ਮਸ਼ੀਨ ਕਹਿੰਦੇ ਸੀ ਉਸ ਵੇਲੇ, ਐਂਜਲ ਓਡੀਅਨ ਓਰੀਅਨ ਫਿਰ ਟਵਿਨ ਕੋਲੰਬੀਆ HMV ਰਿਕਾਰਡਿੰਗ ਕੰਪਨੀਆਂ ਹੁੰਦੀਆਂ ਸਨ। ਗੁੱਲੂਕਾਰਾ ਕਮਲਾ ਝਰੀਆ ਨੇ ਇੱਕ ਗੀਤ ਉਸ ਵੇਲੇ ਰਿਕਾਰਡ ਕਰਵਾਇਆ, ਤੂੰਬਾ ਵੱਜਦਾ ਹੀ ਨਾ ਤਾਰ ਬਿਨਾ, ਰਹਿੰਦੀ ਨਾ ਯਾਰ ਬਿਨਾ, ਬਾਬਾ ਤੇਰਾ ਵਹਿੜ ਕਾ ਮਰੇ ਜਿਹਨੇ ਛੜ ਤੇ ਮਾਰੇ ਵੇ ਤੂੰਬਾ ਵੱਜਦਾ ਹੀ ਨਾ। ਸੋਹਣਿਓ ਅੱਜ ਤੋਂ 100 ਵਰੇ ਪਹਿਲਾਂ ਯਾਨੀ 100 ਸਾਲ ਪਹਿਲਾਂ ਭਾਟੀ ਗੇਟ ਦੇ ਸੈਨਮੇ ਵਲਿੰਗਟਨ ਵਿੱਚ ਚੰਦੂ ਲਾਲ ਸ਼ਾਹ ਦੀ ਖਾਮੋਸ਼ ਫਿਲਮ ਭੋਲਾ ਸ਼ਿਕਾਰ ਲੱਗੀ। ਉਸ ਫਿਲਮ ਦੇ ਵਕਫੇ ਦੇ ਦੌਰਾਨ ਜੀ ਇੱਕ ਵਰਾਇਟੀ ਸ਼ੋਅ ਪੇਸ਼ ਕੀਤਾ ਗਿਆ ਜਿਹਨੂੰ ਜ਼ਿੰਦਾ
ਨਾਚ ਗਾਣਾ ਵੀ ਕਿਹਾ ਜਾਂਦਾ ਸੀ। ਉਹਨਾਂ ਸਮਿਆਂ ਦੇ ਅਖਬਾਰ ਦੋ ਅਖਬਾਰ ਮਸ਼ਹੂਰ ਦੋ ਅਖਬਾਰ ਮਿਲਾਪ ਅਤੇ ਜ਼ਿਮੀਦਾਰ, ਉਹਦੇ ਵਿੱਚ ਇਸ਼ਤਿਹਾਰ ਲੱਗਦੇ ਹੁੰਦੇ ਸੀ ਕਿ ਇੱਕ ਟਿਕਟ ਤੋਂ ਦੋ ਨਜ਼ਾਰੇ ਲਵੋ, ਯਾਨੀ ਫਿਲਮ ਵੀ ਵੇਖੋ ਅਤੇ ਉਹਦੇ ਵਕਫੇ ਦੇ ਦੌਰਾਨ ਜਿਹੜਾ ਸ਼ੋਅ ਸੀ ਨਾ ਜ਼ਿੰਦਾ ਸ਼ੋਅ, ਉਹ ਵੀ ਤੁਸੀਂ ਵੇਖ ਸਕਦੇ ਹੋ। ਉਸ ਵੇਲੇ ਦੀ ਅਦਾਕਾਰਾ ਸਰਲਾ ਦੇਵੀ ਨੇ ਪਹਿਲੀ ਵਾਰੀ ਸਟੇਜ ਦੇ ਉੱਤੇ ਕਮਲਾ ਝਰੀਆ ਦਾ ਇਹ ਗੀਤ ਗਾਇਆ, ਯਾਨੀ ਕਿ ਇਹਦੇ 'ਤੇ ਪਰਫੋਰਮ ਕੀਤਾ ਉਹਨੇ, ਅਤੇ ਉਹਨੇ ਸ਼ੀਸ਼ਿਆਂ ਵਾਲੀ ਇੱਕ ਤੰਗ ਕਾਲੀ ਕੁੜਤੀ ਪਾਈ ਸੀ। ਉਹਨਾਂ ਤੇਜ਼ ਰੋਸ਼ਨੀਆਂ ਵਿੱਚ ਜਦੋਂ ਉਹ ਸ਼ੀਸ਼ੇ ਜਿਹੜੇ ਲੱਗੇ ਚਮਕਦੇ ਸਨ, ਅਤੇ ਲੱਗਦਾ ਸੀ ਕਿ ਜਿਵੇਂ ਬਹੁਤ ਸਾਰੇ ਜੁਗਨੂੰ ਜਿਹੜੇ ਨੇ ਉਹ ਜਗਮਗ ਕਰਦੇ ਨੇ, ਅਤੇ ਉਹਦੇ ਵਾਲਾਂ ਦੇ ਵਿੱਚ ਲੱਗੇ ਕਲਿੱਪਾਂ 'ਤੇ ਜਦੋਂ ਲੋਹ ਪੈਂਦੀ ਸੀ ਨਾ, ਤਾਂ ਉਹਦੀ ਚਮਕ ਜਿਹੜੀ ਹੈ ਉਹਦੀ ਚਾਲ ਲੋਕਾਂ ਕੋਲ ਉਸ ਵੇਲੇ ਝੱਲੀ ਨਹੀਂ ਸੀ ਜਾਂਦੀ। ਦਰਸ਼ਕਾਂ ਨੂੰ ਉਸ ਵੇਲੇ ਲੱਗਦਾ ਸੀ ਪਤਾ ਨਹੀਂ ਉਹ ਕੋਈ ਸੁਪਨਾ ਪਏ ਵੇਖਦੇ ਨੇ। ਉਹਨਾਂ ਦੇ ਇਹ ਜਿਹੜੇ ਗੀਤ ਸਨ, ਉਹਨਾਂ ਦੀ ਅਸ਼ਲੀਲਤਾ ਵੇਖ ਕੇ ਅਤੇ ਅਮਰ ਸਿੰਘ ਚਮਕੀਲਾ ਦੇ ਗੀਤਾਂ ਦੀ ਅਸ਼ਲੀਲਤਾ ਹੈ ਕੋਈ ਕੋ ਮਾਇਨੇ ਰੱਖਦੀ? ਮੈਂ ਸਮਝਦਾ ਆਟੇ 'ਚ ਲੂਣ ਦੇ ਬਰਾਬਰ ਵੀ ਨਹੀਂ। ਕੀ ਖਿਆਲ ਹੈ ਤੁਹਾਡਾ?